ਭਾਜੀ ਕੀ ਤੁਸੀਂ ਪੂਰੀ ਦੁਨੀਆ ਹਰਾ ਕੇ ਰੱਖਤੀ ਆ? ਆ ਕੀ ਤੁਸੀਂ ਨਵਾਂ ਰੌਲਾ ਪਾਤਾ ਬਾਜ਼ਾਰ ਦੇ ਵਿੱਚ? ਜਿਹੜਾ 800-800 ਦਾ ਪਲਾਜ਼ੋ ਸੂਟ ਤੁਸੀਂ ਸ਼ਰਿਆਂ ਲਿਖ ਕੇ ਲਾਤਾ, ਰੈਡੀਮੇਡ ਪਲਾਜ਼ੋ ਸੂਟ ਸਿਰਫ 150 ਚ ਲੈ ਜਾਓ, ਤੁਸੀਂ ਪਾਗਲ ਹੋ ਗਏ ਹੋ? ਤੁਹਾਡੇ ਨੁਕਸ ਪੈ ਗਿਆ, ਤੁਹਾਡੀ ਅਕਲ ਮਾਰੀ ਗਈ, ਮੱਤ ਮਾਰੀ ਗਈ, ਝੂਠ ਨਾ ਬੋਲੋ ਲੋਕਾਂ ਨੂੰ। ਲੋਕਾਂ ਨੇ ਦੂਰੋਂ ਦੂਰੋਂ ਆਉਣਾ, 400 ਰੁਪਈਏ ਦੀ ਬਾਈ ਜੀ ਸਫਾਈ ਆ, 800 ਤੋਂ ਲੈ ਕੇ 1000 ਰੁਪਏ ਦਾ ਬੈਗ ਦਾ, ਆ ਦੇਖੋ ਪੂਰਾ ਬਣਿਆ ਹੋਇਆ, ਤੁਸੀਂ ਕਹਿੰਦੇ ਹੋ 150 ਲੈ ਜਾਓ, ਕਿਉਂ ਤੁਸੀਂ ਬਣਾਇਆ ਲੋਕਾਂ ਭਾਜੀ ਦਾ? ਉਹ ਬਣਾਉਂਦੇ ਆ ਵੀਡੀਓ ਪਾ ਕੇ ਦੁਕਾਨ ਦੇ ਵਿੱਚ, ਮਾਲ ਨਹੀਂ ਹੁੰਦਾ ਉਹਨਾਂ ਕੋਲ, ਉਹ ਲੋਕ ਬਣਾਉਂਦੇ ਆ। ਜਿਹੜਾ ਬਾਜ਼ਾਰ 'ਚ 200 ਰੁਪਏ ਦੁਪੱਟਾ ਮਤਲਬ 33 ਰੁਪਏ ਦਾ ਲੈ ਜਾਓ, ਉਹ ਤੁਸੀਂ 100 ਰੁਪਏ ਦੇ 3 ਦੁਪੱਟੇ ਦੇਈ ਜਾਂਦੇ ਹੋ, ਉਹ ਤੁਸੀਂ ਪਾਗਲ ਹੋ ਗਏ ਹੋ? ਬਾਜ਼ਾਰ 'ਚ 800 ਰੁਪਏ ਦੀ ਬੈੱਡ ਸ਼ੀਟ ਆ, ਡਬਲ ਬੈੱਡ ਦੀ ਬੈੱਡ ਹੈਗੀ ਆ, ਤੁਸੀਂ ਆ ਵੀ ਗੰਦ ਪਾ ਕੇ ਰੱਖਤਾ। ਤੁਸੀਂ ਕਹਿੰਦੇ ਹੋ 800 ਵਾਲੀ ਬੈੱਡ ਸ਼ੀਟ ਸਿਰਫ 175 ਦੀ ਲੈ ਜਾਓ, 175 ਦਾ ਤੌਲੀਆ ਨਹੀਂ ਹੋਣਾ, ਆ 5 ਮੀਟਰ ਸੂਟ ਬਿਲਕੁਲ ਦੁਪੱਟਾ ਨਾਲ, ਹਾਂਜੀ ਆ ਵੀ ਤੁਸੀਂ ਕਹਿੰਦੇ ਹੋ ਲੈ ਜਾਓ 200 ਰੁਪਏ ਦਾ, ਪੋਸੀਬਲ ਕਿੱਦਾਂ ਯਾਰ? ਆ ਮਾਤੂ ਸ਼੍ਰੀ ਦਸਤਾਰ ਦਾ ਸੰਦੀਪ ਸਿੰਘ ਗੱਲ ਕਰ ਰਿਹਾ, ਜੋ ਕਹੂਗਾ ਸੱਚ ਕਹੂਗਾ। ਆ ਚੱਕੋ ਹੁਣ, ਭੁਲੇਖੇ ਨਹੀਂ ਵਹਿਮ ਦੂਰ ਕਰਾਂਗੇ। ਲੋਕ ਕਹਿੰਦੇ ਆ ਵੀਡੀਓ ਪਾ ਦਿੰਦੇ ਹੋ, ਤੁਸੀਂ ਇਹੀ ਗੱਲ ਕਹਿ ਰਹੇ ਹੋ ਨਾ, ਵੀਡੀਓ ਪਾ ਦਿੰਦੇ ਹੋ, ਸੂਟ ਦਿਖਾ ਦਿੰਦੇ ਹੋ, ਪਰ ਆਮ ਲੋਕ ਦਿੰਦੇ ਨਹੀਂ। ਅੰਕਲ ਹੋ ਮਾਤੂ ਸ਼੍ਰੀ ਦਸਤਾਰ ਦਿੰਦਾ, ਆ ਚੱਕੋ ਬਾਜ਼ਾਰਾਂ 'ਚ ਜਿਹੜਾ 700 ਦਾ ਕਾਟਨ ਦਾ ਸੂਟ ਮਿਲਦਾ, ਅਸੀਂ ਦੇਣਾ 350 ਰੁਪਏ ਦਾ। ਕਢਾਈ ਕੱਟਿਆ ਸੂਟ ਚੈੱਕ ਕਰ ਲਓ, ਦੁਪੱਟਿਆ ਪਿਓਰ ਦਾ ਕਢਾਈ ਕੱਟਿਆ, ਬਾਜ਼ਾਰਾਂ 'ਚ ਰੇਟ ਮੈਂ ਨਹੀਂ ਦੱਸਣਾ, ਉਹ ਤੁਸੀਂ ਦੱਸਣਾ, ਅਸੀਂ 850 ਰੁਪਏ ਦਾ ਲਿਖ ਕੇ ਦੇਣਾ, 850 ਰੁਪਏ ਦਾ, 850 ਸੂਟ। ਜਿਹੜੇ ਇੱਦਾਂ ਦੇ ਭਾਰੇ ਭਾਰੇ ਸੂਟ ਤੁਸੀਂ ਬਾਜ਼ਾਰਾਂ 'ਚ ਜਾ ਕੇ ਲੈਂਦੇ ਹੋ, ਉਹ 2 ਲੱਖ ਰੁਪਏ ਦੀ ਦਾਜਬਾਜੀ ਬਣਦੀ ਇੱਦਾਂ ਦੇ ਸੂਟਾਂ ਦੀ, ਪਰ ਇੱਥੇ 2 ਲੱਖ ਵਾਲਾ ਕੱਪੜਾ ਸਾਨੂੰ 80,000 ਚ ਦੇ ਦਿਆਂਗੇ, ਫਾਇਦੇ ਬਹੁਤ ਹੋ ਰਹੇ ਆ। ਪਾਕਿਸਤਾਨੀ ਸੂਟਾਂ ਦੇ ਵਿੱਚ ਆ ਦੇਖੋ ਕਿੰਨੇ ਕਿੰਨੇ ਸੋਹਣੇ ਡਿਜ਼ਾਈਨ ਹੈਗੇ ਆ। ਦੇਖੋ ਜੀ ਡਿਜ਼ਾਈਨ ਭਾਜੀ, ਇੱਕ ਤੋਂ ਇੱਕ ਪੀਸ ਹੈ, ਕੱਲੀ ਕੱਲੀ ਚੀਜ਼ ਮਣੀ ਪਈ ਹੈ। ਹੁਣ ਫੁਲਕਾਰੀਆਂ ਦੇਖੋ, ਫੁਲਕਾਰੀਆਂ ਚੈੱਕ ਕਰੋ ਜੀ, ਬਾਗ ਫੁਲਕਾਰੀਆਂ, ਹੈਂਡ ਵਰਕ ਫੁਲਕਾਰੀਆਂ, ਫੁਲਕਾਰੀਆਂ ਦੇ ਵਿੱਚ ਵੀ ਬਹੁਤ ਹੈਵੀ ਰੇਂਜ। ਬਾਜ਼ਾਰ 'ਚ ਜਾਓਗੇ ਤਾਂ ਆਹ ਲਹਿੰਗਾ ਸਾਨੂੰ 5000 ਰੁਪਏ ਦਾ ਮਿਲਣਾ, ਪਰ ਸਾਡੇ ਕੋਲ ਆ ਜਾਓ, ਆਹ ਦੇਖੋ 5000 ਵਾਲਾ ਲਹਿੰਗਾ ਸਿਰਫ 1750 ਚ। ਭਾਜੀ ਅਡਾਨੀ ਅਪਾਨੀ ਮੁਕੇਸ਼ ਅੰਬਾਨੀ ਦੇ ਮੁੰਡੇ ਦੇ ਵਿਆਹ ਤੇ ਆ ਡਰੈਸਾਂ ਪਾਈਆਂ ਸੀ, ਰੇਟ ਕੀ ਆ? 3000 ਰੁਪਈਆ, 3000 ਦਾ। ਇਹਨੂੰ ਭਾਵੇਂ ਤੁਸੀਂ ਅਨਾਰਕਲੀ ਸੂਟ ਕਹਿ ਲਓ, ਚਾਹੇ ਲਹਿੰਗਾ ਸੂਟ ਕਹਿ ਲਓ, ਇਹ 2-in-1 ਆ। ਬਾਜ਼ਾਰ ਦਾ ਰੇਟ 15000, ਅਸੀਂ 5000 ਰੁਪਏ ਦੇ ਵਿੱਚ ਤੁਹਾਨੂੰ ਦੇਣਾ, ਮਤਲਬ 5-5000 ਚ ਇਦਾਂ ਦੀਆਂ ਡਰੈਸਾਂ ਤੁਹਾਨੂੰ ਅਸੀਂ ਦੇ ਦੇਣੀ। ਭਾਜੀ ਕੀ ਤੁਸੀਂ ਪੂਰੀ ਦੁਨੀਆ ਹਰਾ ਕੇ ਰੱਖਤੀ ਆ? ਆ ਕੀ ਤੁਸੀਂ ਨਵਾਂ ਰੌਲਾ ਪਾਤਾ ਬਾਜ਼ਾਰ ਦੇ ਵਿੱਚ? ਜਿਹੜਾ 800-800 ਦਾ ਪਲਾਜ਼ੋ ਸੂਟ ਤੁਸੀਂ ਸ਼ਰਿਆਂ ਲਿਖ ਕੇ ਲਾਤਾ, ਰੈਡੀਮੇਡ ਪਲਾਜ਼ੋ ਸੂਟ ਸਿਰਫ 150 ਚ ਲੈ ਜਾਓ, ਤੁਸੀਂ ਪਾਗਲ ਹੋ ਗਏ ਹੋ? ਤੁਹਾਡੇ ਨੁਕਸ ਪੈ ਗਿਆ, ਤੁਹਾਡੀ ਅਕਲ ਮਾਰੀ ਗਈ, ਮੱਤ ਮਾਰੀ ਗਈ, ਝੂਠ ਨਾ ਬੋਲੋ ਲੋਕਾਂ ਨੂੰ। ਲੋਕਾਂ ਨੇ ਦੂਰੋਂ ਦੂਰੋਂ ਆਉਣਾ, 400 ਰੁਪਈਏ ਦੀ ਬਾਈ ਜੀ ਸਫਾਈ ਆ, 800 ਤੋਂ ਲੈ ਕੇ 1000 ਰੁਪਏ ਦਾ ਬੈਗ ਦਾ, ਆ ਦੇਖੋ ਪੂਰਾ ਬਣਿਆ ਹੋਇਆ, ਤੁਸੀਂ ਕਹਿੰਦੇ ਹੋ 150 ਲੈ ਜਾਓ, ਕਿਉਂ ਤੁਸੀਂ ਲੋਕਾਂ ਨੂੰ? ਭਾਜੀ 150 ਦਾ ਅਸੀਂ ਦਿੰਦੇ ਪਏ ਆ, ਬਣਾ ਰਹੇ ਆ ਚੱਕੋ 150 ਰੁਪਏ ਦਾ ਪਲਾਜ਼ੋ ਸੂਟ ਕਾਟਨ ਦਾ ਸਟਿਚ ਕਰਕੇ ਚੈਲੰਜ ਕਰਕੇ ਕਹਿੰਦੇ ਆ। ਭਾਜੀ ਉਹ ਬਣਾਉਂਦੇ ਆ ਵੀਡੀਓ ਪਾ ਕੇ ਦੁਕਾਨ ਦੇ ਵਿੱਚ, ਮਾਲ ਨਹੀਂ ਹੁੰਦਾ ਉਹਨਾਂ ਕੋਲ, ਉਹ ਲੋਕ ਬਣਾਉਂਦੇ ਆ। ਅਸੀਂ ਬ੍ਰਾਂਡਡ, ਟੌਪ ਦਾ ਬ੍ਰਾਂਡ, ਪੰਜਾਬ ਦਾ ਸਭ ਤੋਂ ਵੱਡਾ ਬ੍ਰਾਂਡ, ਇੰਡੀਆ ਦਾ ਟੌਪ ਦਾ ਬ੍ਰਾਂਡ, 150 ਰੁਪਏ 'ਚ ਦੇ ਰਹੇ, 150 ਰੁਪਏ। ਭਾਜੀ ਤੁਹਾਡੀ ਸੱਚੀ ਮੱਤ ਮਾਰੀ ਗਈ ਆ, ਆਹ ਦੇਖੋ ਬਾਜ਼ਾਰ 'ਚ 200 ਰੁਪਏ ਦਾ ਦੁਪੱਟਾ ਆ, ਤੁਸੀਂ ਇਹ ਵੀ ਕਹੀ ਜਾਂਦੇ ਹੋ ਜਿਹੜਾ ਬਾਜ਼ਾਰ 'ਚ 200 ਰੁਪਏ ਦੁਪੱਟਾ ਮਤਲਬ 33 ਰੁਪਏ ਦਾ ਲੈ ਜਾਓ, ਉਹ ਤੁਸੀਂ 100 ਰੁਪਏ ਦੇ 3 ਦੁਪੱਟੇ ਦੇਈ ਜਾਂਦੇ ਹੋ, ਉਹ ਤੁਸੀਂ ਪਾਗਲ ਹੋ ਗਏ ਹੋ? ਤੁਹਾਡੇ ਨੁਕਸ ਪੈ ਗਿਆ ਤੁਹਾਡੇ। ਭਾਜੀ ਅਸੀਂ ਪਾਗਲ ਨਹੀਂ ਹੋਏ, ਨਾ ਸਾਡੇ ਦਿਮਾਗ 'ਤੇ ਨੁਕਸ ਪਿਆ, ਕੋਈ ਮਿਲ ਨਹੀਂ ਦੇ ਸਕਦੀ ਤੁਹਾਨੂੰ 100 ਦੇ 3 ਦੁਪੱਟੇ, ਮਾਤੂ ਸ਼੍ਰੀ ਦਸਤਾਰ ਅੰਕਲ ਹੋਮ ਦੇ ਰਿਹਾ, ਐਕ ਦੀ ਰੱਖੜੀਆਂ ਤੇ ਭੈਣਾਂ ਦੇ ਫਾਇਦੇ ਕਰ ਰਿਹਾ, ਠੋਕ ਕੇ ਚੈਲੰਜ ਕਰਕੇ ਦਿੰਨੇ ਪਏ ਆ 100 ਰੁਪਏ ਦੇ
ਤਿੰਨ ਵੱਟੇ ਭਾਈ ਜੀ ਬਾਜ਼ਾਰ ਚ 800 ਰੁਪਏ ਦੀ ਬੈੱਡ ਸ਼ੀਟ ਆ ਡਬਲ ਬੈੱਡ ਦੀ ਤੁਸੀਂ ਆ ਵੀ ਗੰਦ ਪਾ ਕੇ ਰੱਖਤਾ ਤੁਸੀਂ ਕਹਿੰਦੇ ਹੋ 800 ਵਾਲੀ ਬੈੱਡ ਸ਼ੀਟ ਸਿਰਫ 175 ਦੀ ਲੈ ਜਾਓ 175 ਦਾ ਤੌਲੀਆ ਨਹੀਂ ਆਉਣਾ 175 ਦੀ ਚਾਦਰ ਸਰਾਣੇ ਕਵਰ ਨਾਲ ਇਹ ਕਿੱਦਾਂ ਪੋਸੀਬਲ ਹੈ ਭਾਜੀ ਪੋਸੀਬਲ ਹੈਗਾ ਡਬਲ ਬੈੱਡ ਦੀ ਚਾਦਰ ਪਿੱਲੋ ਕਵਰ ਲਾ ਕੇ ਆ ਚੈਲੰਜ ਕਰਦੇ ਆ ਜੇ ਤੁਸੀਂ ਇੱਕ ਲੜ ਬਣ ਲਈ ਗੱਲ ਵੀ ਪੰਜਾਬ ਦੇ ਲੋਕਾਂ ਦੇ ਫਾਇਦੇ ਕਰਨੇ ਆ ਭਾਜੀ ਦਮ ਰੱਖਦੇ ਆ ਲੋਕਾਂ ਦੇ ਫਾਇਦੇ ਕਰਨ ਦਾ ਆ 5 ਮੀਟਰ ਸੂਟ ਬਿਲਕੁਲ ਪੱਟਾ ਨਾਲ ਹਾਂਜੀ ਆ ਵੀ ਤੁਸੀਂ ਕਹਿੰਦੇ ਹੋ ਲੈ ਜਾਓ 200 ਰੁਪਏ ਦਾ ਪੋਸੀਬਲ ਕਿੱਦਾਂ ਯਾਰ 200 ਰੁਪਏ ਦਾ ਸੂਟ ਕਿੱਦਾਂ ਹੋ ਜੂ ਯਾਰ ਤੁਸੀਂ ਭਾਜੀ ਵਾਕਈ ਤੁਸੀਂ ਕਹਿੰਦਾ ਭਾਜੀ 200 ਰੁਪਏ ਦਾ ਸੂਟ ਕਿਸੇ ਮਿਲ ਵਾਲੇ ਤੋਂ ਪੁੱਛ ਲਓ ਕਿਸੇ ਵਪਾਰੀ ਤੋਂ ਪੁੱਛ ਲਓ ਕਿਸੇ ਦੁਕਾਨਦਾਰ ਤੋਂ ਪੁੱਛ ਲਓ 5 ਮੀਟਰ ਦਾ ਸੂਟ 2.5 ਮੀਟਰ ਦਾ ਪਿਓਰ ਦੁਪੱਟਾ ਕੋਈ ਦੇ ਨਹੀਂ ਸਕਦਾ ਪੋਸੀਬਲ ਸਿਰਫ ਅੰਕਲ ਓਮ ਕਰ ਸਕਦਾ ਅੰਕਲ ਓਮ ਯਾਰ ਦੇਖੋ ਰੰਗ ਚੈੱਕ ਕਰੋ ਕਿੰਨੇ ਯਾਰ ਤੁਸੀਂ ਮੇਰਾ ਮੱਤ ਮਾਰਤੀ ਤੁਸੀਂ ਤਾਂ ਪਰੇਸ਼ਾਨ ਕਰਤਾ ਤੁਸੀਂ ਆ ਸੂਟ ਹੈਗਾ ਹਨਾ ਆ ਦੇਖੋ ਸੂਟ ਦੇ ਨਾਲ ਦੁਪੱਟਾ ਕਿੰਨਾ ਸੋਹਣਾ 7-800 ਵਾਲਾ ਸੂਟ 200 ਰੁਪਏ ਦੇ ਜਾਂਦੇ ਬਾਈ ਆ ਰੇ ਤੇਰੇ ਮੇਰੇ ਜੋੜੇ ਹੱਥ ਝੂਠ ਨਾ ਬੋਲ ਭੈਣਾਂ ਭਰਾਵਾਂ ਨੇ ਆਉਣਾ ਰੱਖੜੀ ਆ ਤਿਉਹਾਰ ਆ ਲੋਕਾਂ ਨੇ ਦੂਰੋਂ ਦੂਰੋਂ ਆਉਣਾ ਫੇਰ ਆ ਕਿਉਂ ਸਟਾਕ ਮੁੱਕ ਗਿਆ ਫੇਰ ਆ ਤੁਹਾਡੇ ਬਾਊ ਕਹਿਣ ਸਾਡਾ ਮੁੰਡਾ ਭੁਲੇਖੇ 'ਚ ਵੀਡੀਓ ਪਾ ਗਿਆ ਨਾ ਭਾਜੀ ਜੋ ਕਹੂੰਗਾ ਸੱਚ ਕਹੂੰਗਾ ਜੋ ਦਿਖਾਊਂਗਾ ਸੱਚ ਕਹੂੰਗਾ ਟਗੇ ਦੀ ਚੋਰ ਤੇ ਸੱਚ ਕਹੂੰਗਾ ਮੇਰਾ ਇੱਕ ਇੱਕ ਸ਼ਬਦ ਮੇਰੀ ਜ਼ਬਾਨ 'ਚੋਂ ਨਿਕਲੇ ਹੋਇਆ ਇੱਕ ਇੱਕ ਵਰਡ ਲੋਹੇ ਤੇ ਲਕੀਰ ਆ ਆ ਚੈੱਕ ਕਰੋ 200 ਰੁਪਏ ਦਾ ਸੂਟ ਅਸੀਂ ਦੇ ਰਹੇ ਆ ਭਾਜੀ ਮੈਨੂੰ ਪਤਾ ਤੁਸੀਂ ਇਹਨਾਂ ਵਿੱਚ ਸਸਤਾ ਆ ਸੂਟਾਂ ਤੁਸੀਂ ਰੇਟ ਵਧਾਤਾ ਹੁਣ ਤੁਸੀਂ ਕਹਿਣਾ 700 ਦਾ ਸੂਟ ਆ ਤੁਸੀਂ ਕਹਿਣਾ 800 ਦਾ ਸੂਟ ਮੈਨੂੰ ਪਤਾ ਸੀ ਇਧਰੋਂ ਤੁਸੀਂ ਲੁੱਟ ਕਰ ਲੈਣੀ ਆ ਉਧਰੋਂ ਤੁਸੀਂ ਕਰ ਦੇਣਾ ਕੰਮ ਨਾ ਭਾਜੀ ਉਹ ਆਮ ਦੁਕਾਨਦਾਰ ਕਰਦੇ ਆ ਆਮ ਵਪਾਰੀ ਕਰਦੇ ਆ ਪਰ ਅੰਕਲ ਓਮ ਕਾਤੀਆਂ ਦੇ ਵਿੱਚ ਨਹੀਂ ਕਰਦਾ ਆ ਜਿਹੜਾ ਸੂਟ ਬਜਾਣਾ ਜੇ 1000-1000 ਰੁਪਏ ਦਾ ਅਸੀਂ ਰੱਖੜੀਆਂ ਤੇ ਭੈਣਾਂ ਨੂੰ 1000 ਦੇ 4 ਦੇਣੇ ਆ ਮਤਲਬ 250 ਰੁਪਏ ਦਾ ਕਾਟਨ ਦਾ ਸੂਟ ਦੇਣਾ ਮੇਰੀ ਗੱਲ ਸੁਣ ਲਓ ਆ ਕੈਮਰੇ ਵਾਲੇ ਜਿਹੜੇ ਆ ਉਹਦੇ ਸਾਹਮਣੇ ਗੱਲ ਕਰ ਦਿਓ ਬਾਅਦ ਮੁੱਕਰਿਓ ਨਾ ਲੋਕਾਂ ਨੇ ਗਲੋਂ ਫੜਨਾ ਕੇ ਜੇ 250 ਕਿਹੜੇ 250 ਦੇਣਾ ਪਊਗਾ ਜੇ ਤੁਸੀਂ ਦੁਪੱਟਾ 33 ਰੁਪਏ ਦਾ ਕਿਹਾ ਦੇਣਾ ਪਊਗਾ ਜੇ ਤੁਸੀਂ 175 ਦੀ ਚਾਦਰ ਕੀ ਤਾਂ ਬੈੱਡਸ਼ੀਟ ਡਬਲ ਦੀ ਦੇਣੀ ਪਊਗੀ ਦਵਾਂਗੇ ਭਾਜੀ ਬਿਲਕੁਲ ਦਵਾਂਗੇ ਆ ਮਾਤੂ ਸ਼੍ਰੀ ਦਸਤਾਰ ਦਾ ਸੰਦੀਪ ਸਿੰਘ ਗੱਲ ਕਰ ਰਿਹਾ ਜੋ ਕਹੂਗਾ ਸੱਚ ਕਹੂਗਾ ਆ ਚੱਕੋ ਹੁਣ ਭੁਲੇਖੇ ਨਹੀਂ ਵਹਿਮ ਦੂਰ ਕਰਾਂਗੇ ਲੋਕ ਕਹਿੰਦੇ ਆ ਵੀਡੀਓ ਪਾ ਦਿੰਦੇ ਹੋ ਤੁਸੀਂ ਇਹੀ ਗੱਲ ਕਹਿ ਰਹੇ ਹੋ ਨਾ ਵੀਡੀਓ ਪਾ ਦਿੰਦੇ ਹੋ ਸੂਟ ਦਿਖਾ ਦਿੰਦੇ ਹੋ ਪਰ ਆਮ ਲੋਕ ਦਿੰਦੇ ਨਹੀਂ ਅੰਕਲ ਓਮ ਮਾਤੂ ਸ਼੍ਰੀ ਦਸਤਾਰ ਦਿੰਦਾ ਆ ਚੱਕੋ ਬਾਜ਼ਾਰਾਂ 'ਚ ਜਿਹੜਾ 700 ਦਾ ਕਾਟਨ ਦਾ ਸੂਟ ਮਿਲਦਾ ਅਸੀਂ ਦੇਣਾ 350 ਰੁਪਏ ਦਾ 350 ਸੂਟ ਬਿਲਕੁਲ ਭਾਜੀ ਆਹ ਰੰਗ ਵੀ ਸਾਰੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਅੱਛਾ ਆ ਜਾਨੀ 350-350 ਦੇ ਕਰਤੇ ਸਾਰੇ ਭਾਜੀ ਇਹ ਕੱਪੜੇ ਕੋਈ ਰੱਟੋ ਨਹੀਂ ਇਹ ਕੋਈ ਸਿੰਪਲ ਜੇ ਨਹੀਂ ਇਹ ਕੋਈ ਲੀਰਾ ਨਹੀਂ ਪਿਓਰ ਕਾਟਨ ਪਿਓਰ ਕਾਟਨ ਆ ਦੱਸੋ ਕਿੰਨੇ ਦਾ ਸੂਟ ਆ ਭਾਜੀ ਤੁਸੀਂ ਦੱਸੋ ਕਿੰਨੇ ਦਾ ਹੋਊਗਾ ਮੈਂ ਕਹਿੰਦਾ ਲਾਓ ਰੇਟ ਲਾਓ ਘੱਟ ਤੋਂ ਘੱਟ ਦੱਸਿਓ ਉਹ ਛੱਡੋ ਇਹ ਆਮ ਜਿਹਾ ਰੇਟ ਆ 1200-1300 ਦਾ ਜਿੱਥੋਂ ਮਰਜ਼ੀ ਲੈ ਜਾਓ ਤੁਹਾਡਾ ਦਿਮਾਗ ਫਿਰਿਆ ਯਾਰ ਦਿਮਾਗ ਤੁਹਾਡਾ ਫਿਰਿਆ ਓਏ ਭਾਜੀ ਜਿਹੜਾ 1000 ਤੁਸੀਂ ਝੂਠੇ ਹੋ ਨਾ ਭਾਜੀ ਨਾ ਤੁਸੀਂ ਗਲਤ ਗੱਲ ਕਰ ਰਹੇ ਹੋ ਭਾਜੀ 1000-1200 ਤੁਸੀਂ ਆਮ ਦੁਕਾਨਦਾਰਾਂ ਦੀ ਗੱਲ ਕਰਦੇ ਹੋਣੇ ਆ ਆ ਕੈਮਰਾ ਲਾ ਕੇ ਲੈ ਕੇ ਦੇਖੋ 500 ਰੁਪਏ ਦਾ ਦੁਪੱਟਾ ਸੂਟ ਦੇ ਰਿਹਾ ਕਾਟਨ ਦਾ 500 ਰੁਪਏ ਦਾ ਚੈਲੰਜ ਦੇ ਨਾਲ ਦੇ ਰਹੇ ਆ ਚੱਕੋ ਭਾਜੀ ਆ ਚਿਕਨ ਦਾ ਸੂਟ ਆ ਕੱਢਿਆ ਹੋਇਆ
ਬਾਜ਼ਾਰਾਂ ਦੇ ਵਿੱਚ ਰੇਟ ਮੈਂ ਕਹਿੰਦਾ ਮੈਨੂੰ ਦੱਸਣ ਦੀ ਲੋੜ ਨਹੀਂ, ਮੂੰਹ ਮੰਗਿਆ ਲੈਂਦੇ ਆ। ਅਸੀਂ 850 ਰੁਪਏ ਦਾ ਦੇਣਾ 16 ਸੂਟ 850। ਅੱਛਾ ਮੈਨੂੰ ਹੁਣ ਆਹ ਵੀ ਦੱਸੋ, ਵਿਆਹ ਸ਼ਾਦੀ ਦਾ ਕੱਪੜਾ ਵੀ ਲੈਣਾ, ਸਾਡੇ ਭੈਣਾਂ ਭਰਾਵਾਂ ਦਾ ਦਾਜ ਦਾ ਕੱਪੜਾ ਵੀ ਲੈਣਾ ਹੋਣਾ, ਆਹ ਦੱਸੋ ਕਿੰਨੇ ਦਾ ਸੂਟ ਆ, ਹੁਣੇ ਮੈਂ ਪਤਾ ਕਰ ਲੈਣਾ ਤੁਹਾਡੇ ਪੱਲੇ ਕੀ ਆ। ਭਾਜੀ ਮੈਂ ਤੁਹਾਨੂੰ ਦੱਸ ਦੇਣਾ, ਕਢਾਈ ਕੱਟਿਆ ਸੂਟ ਚੈੱਕ ਕਰ ਲਓ, ਦੁਪੱਟਿਆ ਪਿਓਰ ਦਾ ਕਢਾਈ ਕੱਟਿਆ, ਬਾਜ਼ਾਰਾਂ 'ਚ ਰੇਟ ਮੈਂ ਨਹੀਂ ਦੱਸਣਾ, ਉਹ ਤੁਸੀਂ ਦੱਸਣਾ। ਅਸੀਂ 850 ਰੁਪਏ ਦਾ ਲਿਖ ਕੇ ਦੇਣਾ, 850 ਰੁਪਏ ਦਾ। 850 ਸੂਟ? ਬਿਲਕੁਲ ਭਾਜੀ। ਉਹ ਮੇਰਾ ਤਾਂ ਭਰਾਵਾ ਦਿਮਾਗ ਹਿੱਲਣ ਨੂੰ ਫਿਰਦਾ, 2000 ਤੋਂ ਘੱਟ ਆਹ ਵਾਲਾ ਸੂਟ 2000 ਤੋਂ ਘੱਟ ਨਹੀਂ ਕੋਈ ਦਿੰਦਾ, ਤੁਸੀਂ 850 ਕਹਿ ਰਹੇ ਹੋ, ਚੈੱਕ ਕਰ ਲਓ ਹਜੇ ਵੀ। ਭਾਜੀ ਹਲੇ ਤਾਂ ਸ਼ੁਰੂ ਹੋਇਆ ਕੰਮ, ਰੁਕ ਜੋ ਕਰਾਂ ਦੀ। ਆ ਚੱਕੋ ਬਟੀਕ ਸੂਟ, ਭਾਜੀ 850 ਚੱਕੋ, 850 ਆ ਚੱਕੋ, ਆ ਗਿਆ ਬੋਟਮ ਵਰਕ ਵਾਲਾ ਸੂਟ, 3000 ਬਾਜ਼ਾਰਾਂ 'ਚ 1000 ਰੁਪਏ ਦਾ ਚੱਕੋ, ਚੱਕੋ 1000 ਰੁਪਏ ਦਾ ਭਾਜੀ। ਦਾਜ ਵਰੀਆਂ ਵਾਲਾ ਸੂਟ, ਪਾਰਟੀ ਵੇਅਰ ਸੂਟ, ਮੈਂ ਕਹਿੰਦਾ ਮੈਡਮਾਂ ਟੀਚਰ ਵਾਲੇ ਆ ਜਾਓ, ਹੁਣ ਅਸੀਂ ਦਾਜ ਵਰੀ ਕਹਿੰਦੇ ਹਾਂ ਭਾਜੀ, ਲੱਖ ਵਾਲੀ 50,000 'ਚ ਲੈ ਜਾਓ, 2 ਲੱਖ ਵਾਲੀ ਲੱਖ 'ਚ ਲੈ ਜਾਓ। ਭਾਜੀ ਇਹ ਤਾਂ 500-700 ਵਾਲਾ ਦੇਖ ਲੈ, ਇਹੀ ਹੈ ਵਰਾਇਟੀ, ਕੁਦ ਉੱਪਰ ਵੀ ਹੈ। ਆ ਜਾਓ ਭਾਜੀ, ਆ ਜਾਓ ਆ ਜਾਓ ਆ ਜਾਓ, ਕਹਿੰਦੇ ਸ਼ਗਨਾਂ ਦਾ ਵਿਹੜੇ ਦੀ ਗੱਲ ਦਿਖਾਉਂਦੇ ਤੁਹਾਨੂੰ। ਆ ਚੱਕੋ ਰੈੱਡ ਸੂਟ ਆ ਗਏ ਆ ਭਾਜੀ, ਦਾਜ ਵਰੀ ਵਾਲੇ ਹੈਵੀ ਹੈਵੀ ਸੂਟ, ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਵਾਲੇ ਸੂਟ ਆ ਗਏ ਆ, ਬਾਜੂ ਪਹੁੰਚੇ ਦੁਪੱਟੇ ਬਣੇ ਹੋਏ, ਬਾਜ਼ਾਰਾਂ 'ਚ 10-10, 20-20 ਹਜ਼ਾਰ ਰੁਪਇਆ ਰੇਟ ਹੈ। ਅਸੀਂ ਦੇਣਾ ਸਿਰਫ ਔਰ ਸਿਰਫ 4000 ਦੇ ਵਿੱਚ ਸੂਟ, 4000 ਚ। ਬਿਲਕੁਲ ਭਾਜੀ 4000 ਚ। ਅੱਛਾ ਆਹ ਵੀ ਦੇਖੋ, ਮੈਂ ਤਾਂ ਦੇਖਿਆ ਰੈੱਡ ਸੂਟ ਦੇ ਵਿੱਚ ਡਿਜ਼ਾਈਨ ਹੀ ਬਹੁਤ ਆ, ਆਹ ਦੱਸੋ ਕੱਪੜਾ ਕਿਹੜਾ, ਕਿੱਦਾਂ ਦੀ ਵੈਰਾਈਟੀ ਯੂਜ਼ ਕੀਤੀ ਤੇ ਰੇਟ ਕੀ ਹੈਗਾ? ਭਾਜੀ ਨੈਚੁਰਲ ਕਰੇਵ ਦਾ ਬੇਸ ਹੈ, 0 ਟਾਂਕੇ ਦਾ ਕੰਮ ਹੈ। ਆਹ ਦੇਖੋ ਦੁਪੱਟੇ ਤੇ ਘੁੰਗਰੂ ਲਾਤੇ ਆ, ਬਾਜ਼ਾਰਾਂ 'ਚ 25-30 ਹਜ਼ਾਰ ਕੈਨੇਡਾ ਵਾਲਾ ਸੂਟ ਹੈ, ਅਸੀਂ ਸਿਰਫ 8000 ਚ ਦੇਣਾ। ਦੇਖੋ ਵੀ ਜਿਨ੍ਹਾਂ ਨੇ ਲੈਣਾ ਦਾਜ ਵੀਰ ਦਾ ਕੱਪੜਾ, ਆਹ ਤਾਂ ਗੱਲ ਪੱਕੀ ਹੋ ਗਈ ਆ, ਮੇਰੇ ਭਰੇਕੇ ਦੂਰ ਹੋ ਗਏ ਆ। ਜਿਹੜੇ ਇੱਦਾਂ ਦੇ ਭਾਰੇ ਭਾਰੇ ਸੂਟ ਤੁਸੀਂ ਬਾਜ਼ਾਰਾਂ 'ਚ ਜਾ ਕੇ ਲੈਂਦੇ ਹੋ, ਉਹ 2 ਲੱਖ ਰੁਪਏ ਦੀ ਦਾਜ ਵਰੀ ਬਣਦੀ ਇੱਦਾਂ ਦੇ ਸੂਟਾਂ ਦੀ, ਪਰ ਇੱਥੇ 2 ਲੱਖ ਵਾਲਾ ਕੱਪੜਾ ਤੁਹਾਨੂੰ 80,000 ਚ ਦੇ ਦਿਆਂਗੇ, ਫਾਇਦੇ ਬਹੁਤ ਹੋ ਰਹੇ ਆ। ਦੇਖੋ ਜੀ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਵਾਲਿਆਂ ਨੂੰ ਕਹਿ ਦੋ ਠੋਕ ਕੇ ਵੀ ਆ ਜਾਓ, ਹੁਣ ਕਾਤੀਆਂ ਦੇ ਵਿੱਚ ਡਿਜ਼ਾਈਨ ਬਹੁਤ ਹੈ, ਰੰਗ ਬਹੁਤ ਹੈ, ਵਰਾਇਟੀ ਝੋਟੀ ਦੀ ਭਾਜੀ। ਮੈਂ ਕਹਿੰਦਾ 2 ਦਿਨ ਕੱਢ ਕੇ ਆ ਜਾਓ, NRI ਭਰਾ ਆ ਜਾਣ, ਲੋਕਲ ਸ਼ਹਿਰ ਦੇ ਕਾਤੀਆਂ ਦੇ ਵਿੱਚ ਆ ਜਾਓ, ਗੁਰਦਾਸਪੁਰ ਤੋਂ ਆ ਜਾਓ, ਬਟਾਲਾ ਆ ਜਾਓ, ਦਸੂਆ ਟਾਂਡਾ ਮਕੇਰੀਆਂ ਜਿੱਥੋਂ ਮਰਜ਼ੀ ਆ ਜਾਓ ਭਾਜੀ। ਆ ਦੇਖੋ ਮੈਂ ਤਾਂ ਹੈਰਾਨ ਆ ਵੀ ਕੁੜੀਆਂ ਦੇ ਜਿਹੜੇ ਪਸੰਦੀਦਾ ਕਲਰ ਆ, ਜਿੱਦਾਂ ਦੇ ਡਿਜ਼ਾਈਨ ਆ, ਜੋ ਅੱਜ ਕੱਲ੍ਹ ਟ੍ਰੈਂਡਿੰਗ ਦੇ ਵਿੱਚ ਅਲੱਗ ਚੀਜ਼ਾਂ ਵੀ ਸਾਰੀਆਂ ਉਹ ਆ। ਭਾਜੀ ਇੱਕ ਗੱਲ ਦੀ ਖੁਸ਼ੀ ਮੈਨੂੰ ਜ਼ਰੂਰ ਹੋਈ ਆ ਵੀ ਇਦਾਂ ਦੇ ਡਿਜ਼ਾਈਨ, ਇਦਾਂ ਦੀਆਂ ਵੈਰਾਈਟੀਆਂ ਆਮ ਦੁਕਾਨਾਂ 'ਚ ਦੇਖਣ ਨੂੰ ਨਹੀਂ ਮਿਲਦੀਆਂ। ਉਹ ਭਾਜੀ ਦਿਖਾਉਂਦੇ ਹੀ ਨਹੀਂ ਅਗਲੇ, ਇਹ ਸਿਰਫ ਸੂਟ ਸੰਭਾਲ ਕੇ ਰੱਖਦੇ ਆ, ਆਮ ਦੁਕਾਨ ਤੋਂ ਤਾਂ ਤੁਹਾਨੂੰ ਮਿਲਣੇ ਨਹੀਂ ਇਹ ਸਾਰੇ ਸੂਟ। ਅਸੀਂ ਰਾਇਲ ਕਲਾਸ ਸੂਟ ਰੈਡੀ ਕਰਾਏ ਆ, ਸਾਡੇ ਕੋਲ 150 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਸੂਟ ਹੈਗਾ ਭਾਜੀ, 1 ਲੱਖ ਰੁਪਏ ਤੱਕ ਦਾ ਸੂਟ। ਦੇਖੋ ਇੱਥੇ ਆਉਣ ਦੇ ਫਾਇਦੇ ਕੀ ਆ, ਚਾਹੇ ਤੁਸੀਂ ਜੋਬ ਕਰਦੇ ਹੋ, ਚਾਹੇ ਤੁਸੀਂ ਮਿਡਲ ਕਲਾਸ ਹੋ, ਚਾਹੇ ਤੁਸੀਂ ਹਾਈ ਕਲਾਸ ਹੋ, ਚਾਹੇ ਰਾਇਲ ਕਲਾਸ ਹੋ, ਚਾਹੇ ਤੁਸੀਂ NRI ਹੋ, ਜਿੱਦਾਂ ਦਾ ਤੁਹਾਡਾ ਬਜਟ ਆ ਉਦਾਂ ਦੀ ਵਰਾਇਟੀ ਸਾਨੂੰ ਮਿਲ ਜਾਣੀ ਆ। ਇੱਥੇ ਹਰ ਕਿਸੇ ਦਾ ਵੈਲਕਮ ਆ, ਇੱਥੇ ਹਰ ਕਿਸੇ ਦਾ ਮਾਣ ਸਨਮਾਨ ਆ। ਇੱਥੇ ਇੱਕ ਹੋਰ ਫਾਇਦਾ ਤੁਹਾਨੂੰ ਦੱਸ ਦਿੰਦਾ, ਇੱਥੇ ਤਾਂ ਲੁੱਟਾਂ ਨਹੀਂ ਹੋਣੀਆਂ, ਬਈ ਤੁਸੀਂ ਸੋਹਣੇ ਕੱਪੜੇ ਪਾ ਕੇ ਆ ਜਾਓ, ਵੱਡਾ ਪਰਸ ਪਾ ਕੇ ਆ ਜਾਓ, ਜੁੱਤੀ ਸੋਹਣੀ ਪਾ ਕੇ ਆ ਜਾਓ, ਅਤੇ ਤੁਹਾਡੀ ਸ਼ਕਲ ਦੇਖ ਕੇ ਤੁਹਾਡੇ ਕੱਪੜੇ ਦੇਖ ਕੇ ਰੇਟ ਬਣਾਉਣਾ ਨਾ। ਇੱਥੇ ਆਉਣ ਦਾ ਫਾਇਦਾ ਕੀ ਆ, ਇਕੱਲੇ ਸੂਟ ਦੇ ਉੱਤੇ ਆਹ ਦੇਖੋ ਰੇਟ ਲਿਖ ਕੇ ਲਾ ਤਾ, ਕਿਸੇ ਨਾਲ ਕੋਈ ਧੋਖਾ ਨਹੀਂ, ਜੋ ਰੇਟ ਹੈਗਾ ਫਿਕਸ ਪ੍ਰਾਈਸ ਸ਼ੋਪ ਆ ਉਹੀ ਤੁਹਾਨੂੰ ਦੇਣਾ। ਪਾਕਿਸਤਾਨੀ ਸੂਟਾਂ ਦੇ ਵਿੱਚ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਹੈਗੇ ਆ। ਦੇਖੋ ਜੀ ਡਿਜ਼ਾਈਨ ਭਾਜੀ 1 ਤੋਂ 1 ਪੀਸ ਹੈ, ਕੱਲੀ ਚੀਜ਼ ਮਣੀ ਪਈ ਹੈ ਭਾਜੀ, ਰੈਡੀ ਕਰਵਾ ਕੇ ਪੀਸ ਵੇਚਦੇ ਆ। ਸਾਡੇ ਕੋਲ ਲਖਨਊ ਦੇ UP ਦੇ ਕਾਰੀਗਰ ਆ, ਰਾਇਲ ਕਲਾਸ ਚੀਜ਼ਾਂ ਤਿਆਰ ਕਰਦੇ ਆ। ਆਹ ਦੁਪੱਟੇ ਚੈੱਕ ਕਰ ਲਓ, ਦੁਪੱਟਿਆਂ ਦੇ ਕੰਮ ਚੈੱਕ ਕਰ ਲਓ,
ਇੱਕ ਤੋਂ ਇੱਕ ਚੀਜ਼ ਹੈ। ਰੈੱਡ ਦੇਖੋ ਜੀ, ਰੈੱਡ ਸੂਟਾਂ ਦੇ ਵਿੱਚ ਵੈਰਾਈਟੀ ਬਹੁਤ ਜ਼ਿਆਦੀ ਆ। ਜਿਹੜੇ ਹੈਵੀ ਲਹਿੰਗੇ, ਹੈਵੀ ਸ਼ਰਾਰੇ ਗਰਾਰੇ, ਹੈਵੀ ਡਰੈਸਾਂ ਨਾ, ਉਹਨਾਂ ਨਾਲੋਂ ਵੀ ਭਾਰੇ ਭਾਰੇ ਸੂਟਾਂ ਦੇ ਉੱਤੇ ਕੰਮ ਕੀਤਾ ਹੈਗਾ। ਸੋ ਵਰਾਇਟੀਆਂ ਬਹੁਤ ਸਾਰੀਆਂ, ਛੇਤੀ ਤੁਸੀਂ ਆ ਜਾਓ ਇੱਕ ਵੀਡੀਓ ਦੇ ਵਿੱਚ। ਅਸੀਂ ਬਹੁਤ ਕੁਛ ਨਹੀਂ ਦਿਖਾ ਸਕਦੇ, ਪਰ ਤੁਹਾਨੂੰ ਇਸ ਗੱਲ ਦਾ ਵਾਅਦਾ ਕਰ ਰਹੇ ਹਾਂ ਵੀ ਰੇਟਾਂ ਦੇ ਵਿੱਚ ਬਾ ਕਮਾਲ ਆ। ਮੇਰੇ ਵੀ ਭੁਲੇਖੇ ਸੀ ਦੂਰ ਕੱਢਦੇ ਆ, ਮੈਂ ਵੀ ਸੋਚਦਾ ਸੀ ਵੀ ਇਹ ਝੂਠ ਹੋਣਾ, ਪਰ ਵਾਕਈ ਬਈ ਮਾਤੂ ਸ਼੍ਰੀ ਦਸਤਾਰ ਅੰਕਲ ਹੋਮ ਕਰਦੀਆਂ ਨੇ ਸਵਾਦ ਲਿਆਤਾ, ਉਹ ਮਜ਼ਾ ਆ ਗਿਆ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਹੇ ਆ। ਅਸੀਂ ਉਹਨਾਂ ਦੁਕਾਨਾਂ 'ਤੇ, ਉਹਨਾਂ ਸਟੋਰਾਂ 'ਤੇ ਜਾਂਦੇ ਹਾਂ ਜਿੱਥੇ ਲੋਕਾਂ ਦੇ ਫਾਇਦੇ ਹੁੰਦੇ ਹੋਣ, ਜਿੱਥੇ ਲੋਕਾਂ ਨੂੰ ਕੱਪੜਾ ਚੰਗਾ ਮਿਲੇ, ਜਿੱਥੇ ਲੋਕਾਂ ਨੂੰ ਰੇਟ ਘੱਟ ਮਿਲੇ, ਜਿੱਥੇ ਲੁੱਟ ਨਾ ਹੋਵੇ। ਆਹ ਦੇਖੋ ਰੈੱਡ ਸੂਟਾਂ ਦੇ ਵਿੱਚ ਬਹੁਤ ਸਾਰੀਆਂ ਵਰਾਇਟੀਆਂ ਭਾਜੀ, ਸੂਟਾਂ ਦੇ ਵਿੱਚ ਦੇਖ ਰਹੀ ਹਾਂ ਰੈਡੀਮੇਡ ਦੇ ਵਿੱਚ ਕੀ ਤੋਹਫੇ ਆ। ਦੇਖੋ ਭਾਜੀ, ਆਹ ਲਹਿੰਗਾ ਸ਼ਰਾਰਾ ਸੈੱਟ ਪੀਸ ਲੈ ਕੇ ਆ ਗਏ ਹਾਂ, ਚੈਲੰਜ ਕਰਦੇ ਹਾਂ, ਦੋਹੇ ਬਾਹਾਂ ਖੜੀਆਂ ਕਰਕੇ 3500 ਰੁਪਏ 'ਤੇ ਸੈੱਟ ਦੇ ਰਹੇ ਹਾਂ, ਪੂਰਾ 3500 ਰੁਪਏ ਦਾ ਭਾਜੀ, 35000 ਦਾ ਨਹੀਂ 3500 ਰੁਪਏ ਦਾ। ਆਹ ਵੀ ਦੇਖੋ, ਕੋਈ 10000 ਮੰਗਦਾ, ਕੋਈ 12000 ਮੰਗਦਾ, ਅਸੀਂ ਤੁਹਾਨੂੰ ਦੇ ਰਹਿਣਾ ਸਿਰਫ 4500 ਰੁਪਏ 'ਚ। ਫਰੰਟ ਵੀ ਦੇਖ ਲਓ, ਬੈਕ ਵੀ ਦੇਖ ਲਓ, ਸ਼ਰਾਰਾ ਹੀ ਬੜਾ ਸੋਹਣਾ, ਮਤਲਬ ਇੰਨਾ ਰੈਂਟ ਆ ਬਾਜ਼ਾਰ 'ਚ ਜਿੰਨੇ ਤੁਸੀਂ ਆਪਣਾ ਲੈ ਕੇ ਜਾ ਸਕਦੇ ਹੋ। ਅਡਾਨੀ ਅਪਾਨੀ ਮੁਕੇਸ਼ ਅੰਬਾਨੀ ਦੇ ਮੁੰਡੇ ਦੇ ਵਿਆਹ 'ਤੇ ਆ ਡਰੈਸਾਂ ਪਾਈਆਂ ਸੀ, ਉਹੀ ਲੋਕ ਨਹੀਂ ਪਾ ਸਕਦੇ, ਆਮ ਲੋਕ, ਸਰਦਾਰ, ਜੱਟ, ਜ਼ਿਮੀਂਦਾਰ, ਮੇਰੇ ਭਰਾ ਸਾਰੇ ਪਾ ਸਕਦੇ ਆ। ਰੇਟ ਕੀ ਹੈ? 3000 ਰੁਪਈਆ, 3000 ਰੁਪਈਆ। ਆ ਵੀ ਚੈੱਕ ਕਰ ਲਓ, ਤੁਸੀਂ ਸੋਚਣਾ 8000 ਦਾ ਹੋਣਾ, ਇਹ 10000 ਦਾ ਹੋਣਾ, ਨਹੀਂ, ਅਸੀਂ ਜੋ ਕਹਿ ਰਹੇ ਹਾਂ ਇੱਕ ਗੱਲ ਤੁਹਾਨੂੰ ਦੱਸ ਦਿੰਦੇ, ਪੂਰਾ ਸੱਚ ਬੋਲ ਰਹੇ ਹਾਂ। ਰੇਟ ਲਿਖ ਕੇ ਲਾਤਾ, 4499 ਰੁਪਏ ਦੀ ਡਰੈਸ ਆ, ਪੂਰੀ ਪ੍ਰੋਪਰ ਤੁਹਾਨੂੰ ਦੇ ਦਿਆਂਗੇ। ਆ ਚੈੱਕ ਕਰੋ ਭਾਜੀ, ਸ਼ਰਾਰਾ ਸੈੱਟ ਦੇਖੋ, ਲਹਿੰਗਾ ਬਣਿਆ ਵਾ ਨਾਲ, ਸ਼ਰਾਰਾ ਨਾਲ, ਆ ਸਕਰਟ ਬਣਾਈ ਵੀ ਆ। ਰੇਟ ਦੇਖੋ ਭਾਜੀ, 4099 ਰੁਪਈਏ, 1 ਲੱਖ ਵਾਲੀ ਚੀਜ਼ 4000 ਦੇ ਵਿੱਚ। ਦੇਖੋ ਇਹਨੂੰ ਭਾਵੇਂ ਤੁਸੀਂ ਅਨਾਰਕਲੀ ਸੂਟ ਕਹਿ ਲਓ, ਚਾਹੇ ਲਹਿੰਗਾ ਸੂਟ ਕਹਿ ਲਓ, ਇਹ 2-in-1 ਆ। ਦੁਪੱਟਾ ਵੀ ਦੇਖੋ ਕਿੰਨਾ ਹੈਵੀ ਕਢਾਈਆਂ ਕੱਢੀਆਂ, ਬਾਜ਼ਾਰ ਦਾ ਰੇਟ 15000, ਅਸੀਂ 5000 ਰੁਪਏ ਦੇ ਵਿੱਚ ਤੁਹਾਨੂੰ ਦੇ ਦੇਣਾ, ਮਤਲਬ 5000 ਚ ਇਦਾਂ ਦੀਆਂ ਡਰੈਸਾਂ ਤੁਹਾਨੂੰ ਅਸੀਂ ਦੇ ਦੇਣੀਆਂ। ਦੇਖੋ ਜੀ, ਡਰੈਸਾਂ ਦੇ ਨਾਲ ਨਾਲ ਲਹਿੰਗਿਆਂ ਦੇ ਵਿੱਚ ਦੇਖੋ, ਲਹਿੰਗੇ ਸਪਣੇ ਹੁੰਦੇ ਸੀ ਆਮ ਭੈਣਾਂ ਦੇ, ਕੁੜੀਆਂ ਦੇ, 2795 ਰੁਪਏ ਦਾ ਲਹਿੰਗਾ। ਆਹ ਚੈੱਕ ਕਰੋ ਹੁਣ ਤੁਸੀਂ ਕਿੱਥੋਂ ਭਾਜੀ, ਕਿੱਥੋਂ ਲੈ ਲਓਗੇ? ਮੈਂ ਕਹਿੰਦਾ ਕਿਸੇ ਫੈਕਟਰੀ ਮਿਲ 'ਚ ਚਲੇ ਜਾਓ, 2750 ਰੁਪਈਏ, 1795 ਰੁਪਈਏ, 5000, 8000, 10000 ਤੱਕ, 12000 ਤੱਕ, 15000 ਤੱਕ ਸਾਡੇ ਕੋਲ ਲਹਿੰਗੇ ਆ। ਆਹ ਦੇਖੋ ਜੀ, ਆਹ ਦੇਖੋ ਇੱਕ ਹੋਰ ਫਾਇਦਾ ਕਰ ਦਿੰਦੇ ਆ, ਬਾਜ਼ਾਰ 'ਚ ਜਾਊਂਗੇ ਤਾਂ ਆਹ ਲਹਿੰਗਾ ਸਾਨੂੰ 5000 ਰੁਪਏ ਦਾ ਮਿਲਣਾ, ਪਰ ਸਾਡੇ ਕੋਲ ਆ ਜਾਓ, ਆਹ ਦੇਖੋ 5000 ਵਾਲਾ ਲਹਿੰਗਾ ਸਿਰਫ 1750 'ਚ, 1750 ਦਾ ਲਹਿੰਗਾ ਦੇ ਰਹੇ ਹਾਂ, ਰੈਡੀਮੇਡ ਸਾਨੂੰ ਦੇ ਰਿਹਾ ਚੀਜ਼ਾਂ। ਆਹ ਦੇਖੋ ਤੋਹਫੇ, ਆਹ ਵੀ 1750 'ਚ, 1750 ਦੇ ਵਿੱਚ, ਆਹ ਵੀ ਦੇਖੋ, ਮਤਲਬ ਅਸੀਂ 1500-1500, 1800-1800, 2000 ਦੀ ਵਰਾਇਟੀਆਂ ਬਹੁਤ ਦਿੰਦੇ ਹਾਂ। ਹੁਣ ਫੁਲਕਾਰੀਆਂ ਦੇਖੋ, ਫੁਲਕਾਰੀਆਂ ਚੈੱਕ ਕਰੋ ਜੀ, ਬਾਗ ਫੁਲਕਾਰੀਆਂ, ਹੈਂਡਵਰਕ ਫੁਲਕਾਰੀਆਂ, ਫੁਲਕਾਰੀਆਂ ਦੇ ਵਿੱਚ ਵੀ ਬਹੁਤ ਹੈਵੀ ਰੇਂਜ। ਔਰ ਗੱਲ ਇੱਕ ਹੋਰ ਸੁਣ ਲਓ, ਦੇਖੋ ਕੋਟ ਪੈਂਟ, ਕੁੜਤੇ, ਪਜਾਮੇ, ਸ਼ਰਾਰੇ, ਗਰਾਰੇ, ਪੈਂਟਾਂ, ਸ਼ਰਟਾਂ ਵੀ ਤੁਸੀਂ ਲੈਣੀਆਂ, ਇੱਕ ਛੱਤ ਹੇਠ ਹਰ ਇੱਕ ਚੀਜ਼ ਮਿਲਣੀ ਆ। ਚੈਲੰਜ ਠੋਕ ਕੇ ਕਰਦੇ ਆ, ਰੇਟ ਠੋਕ ਕੇ ਨਹੀਂ ਸਾਡੇ ਹੈਗੇ, ਰੇਟ ਰੋਕ ਕੇ ਚੈਲੰਜ ਦਵਾਂਗੇ ਠੋਕ ਕੇ। ਸੋ ਭਾਜੀ, ਵਹਿਮ ਨਿਕਲ ਗਿਆ ਕਿ ਨਹੀਂ ਨਿਕਲ ਗਿਆ? ਸੋ ਆ ਜਾਓ ਤੁਸੀਂ, ਬਹੁਤ ਸਾਰੇ ਫਾਇਦੇ ਆ, ਨੰਬਰ ਸਕਰੀਨ ਤੇ ਤੁਸੀਂ ਕਾਲ ਕਰ ਸਕਦੇ ਆ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ, ਟੀਵੀ ਕਾਸੀਆਂ।